ਸਾਹਿਬ ਦੇ ਚਰਨਾਂ ਵਿੱਚ ਜੁੜ ਬੈਠੀ ਗੁਰੂ ਦਾ ਰੂਪ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਹਨ ਮਹਾਂਪੁਰਸ਼ਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ, ਜਿਨ੍ਹਾਂ ਦੇ ਮਨ ਵਿੱਚ ਪੰਥ ਦਾ ਦਰਦ ਹੈ। ਸੋ ਇਸ ਲੜੀ ਨੂੰ ਅੱਗੇ ਕਿਵੇਂ ਤੋਰਨਾ ਇਹ ਅਸੀਂ ਵਿਚਾਰ ਕਰਨੀ ਹੈ। ਸ਼ਹਿਰਾਂ ਦੇ ਵਿੱਚ ਜਾ ਕੇ, ਨਗਰਾਂ ਪਿੰਡਾਂ ਦੇ ਵਿੱਚ ਜਾ ਕੇ, ਜਿੰਨੇ ਅਸੀਂ ਗੁਰਸਿੱਖ ਭਾਈ ਹਾਂ, ਅਸੀਂ ਇੱਕ ਪਿਤਾ ਦੇ ਪੁੱਤਰ ਹਾਂ। ਸਾਰਿਆਂ ਨੇ ਪਹਿਲਾਂ ਆਪ ਵਿੱਚ ਦੀ ਪ੍ਰੇਮ ਪਾਉਣਾ, ਇੱਕ ਦੂਜੇ ਦਾ ਸਤਿਕਾਰ ਕਰਨ ਸਿੱਖਣਾ। ਜਦੋਂ ਅਸੀਂ ਇੱਕ ਦੂਜੇ ਦਾ ਸਤਿਕਾਰ ਕਰਨ ਸਿੱਖ ਗਏ, ਬਸ ਸਮਝ ਲਓ ਚੜ੍ਹਦੀ ਕਲਾ ਹੋ ਗਈ। ਸਾਡੀ ਢਹਿੰਦੀ ਕਲਾ ਇੱਥੋਂ ਹੀ ਹੋਈ ਹੈ, ਜਦੋਂ ਅਸੀਂ ਇੱਕ ਦੂਜੇ ਨਾਲ ਨਫ਼ਰਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੋ ਮੈਂ ਬਹੁਤਾ ਸਮਾਂ ਨਾ ਲਵਾਂ, ਮਹਾਂਪੁਰਖਾਂ ਦਾ ਬੜਾ ਕੀਮਤੀ ਸਮਾਂ। ਇੱਕੋ ਹੀ ਬੇਨਤੀ ਆ ਸੰਗਤਾਂ ਨੂੰ, ਅਸੀਂ ਮੁਹੱਲਿਆਂ ਦੇ ਵਿੱਚ, ਨਗਰਾਂ ਦੇ ਵਿੱਚ ਜਾ ਕੇ, ਪਹਿਲਾਂ ਤਾਂ ਮੈਂ ਮਹਾਂਪੁਰਸ਼ਾਂ ਨੂੰ ਬੇਨਤੀ ਕਰਦਾ ਕਿ ਸਾਡੇ ਸ਼ਹਿਰ ਦੇ ਵਿੱਚ ਦੀਵਾਨ ਰੱਖੇ ਜਾਣ। ਸਭ ਤੋਂ ਪਹਿਲਾਂ ਉੱਥੋਂ ਹੀ ਲੜੀ ਤੋਰੀ ਜਾਵੇ ਏਕਤਾ ਵਾਲੀ। ਅਸੀਂ ਨਗਰ ਨਗਰ ਦੇ ਵਿੱਚ ਜਾ ਕੇ, ਪਿੰਡਾਂ ਦੇ ਵਿੱਚ ਜਾ ਕੇ ਇਹ ਮਹਾਂਪੁਰਸ਼ਾਂ ਦਾ ਪ੍ਰਚਾਰ ਅੱਗੇ ਪ੍ਰਚੰਡ ਕਰੀਏ, ਤਾਂ ਤੇ ਮਹਾਰਾਜ ਚੜ੍ਹਦੀ ਕਲਾ ਕਰ ਦੇਵੇ ਸਿੱਖ ਕੌਮ ਦੀ। ਇਹ ਸਾਰੇ ਚੋਰ ਆ ਪਿਆਰਿਓ, ਚੋਰ ਤੇ ਕੁੱਤੀ ਜਦੋਂ ਰਲ ਜਾਣ, ਕੁੱਤੀ ਨੂੰ ਬੁਰਕੀ ਸਿਰਦੇ ਜਮਾਂ ਨਹੀਂ ਭੌਂਕਦੀ। ਬਸ ਸਜਦੇ ਵਾਲੀ ਗੱਲ ਇਹੀ ਹੈ, ਇਹ ਸੰਗਤ ਵਿੱਚ ਆਉਣ ਜੋਗਰੇ ਨਹੀਂ। ਸੰਗਤ ਵਿੱਚ ਉਹੀ ਆਵੇਗਾ ਜਿਤੇ ਗੁਰੂ ਦੀ ਕਿਰਪਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।